ਫਾਜ਼ਿਲਕਾ ਦੇ HDFC ATM ਦੇ ਨੇੜੇ ਹੋਇਆ ਝਗੜਾ, ਇੱਕ ਵਿਅਕਤੀ ਦੇ ਨਾਲ ਕੀਤੀ ਕੁੱਟਮਾਰ, ਹੋਇਆ ਜ਼ਖਮੀ, ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਭਰਤੀ, ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ। ਫਾਜ਼ਿਲਕਾ ਦੇ HDFC ਬੈਂਕ ਦੇ ATM ਦੇ ਨੇੜੇ ਝਗੜਾ ਹੋਇਆ ਜਿਸ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਮਾਤਾ ਦੀ ਦਵਾਈ ਲੈਣ ਦੇ ਲਈ ਸ਼ਹਿਰ ਆਇਆ ਸੀ ਅਤੇ ATM ਦੇ ਵਿੱਚੋਂ ਉਸਦੇ ਵੱਲੋਂ ਪੈਸੇ ਕਢਵਾਏ ਗਏ ਸਨ। ਉਹਨਾਂ ਨੇ ਕਿਹਾ ਕਿ ਜਦੋਂ ਉਸਦੇ ਵੱਲੋਂ ਪੈਸੇ ਕਢਵਾਏ ਗਏ ਤਾਂ ਬਾਹਰ ਖੜ੍ਹੇ 10-12 ਲੋਕਾਂ ਵੱਲੋਂ ਉਹਨਾਂ 'ਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਦੇ ਚੱਲਦਿਆਂ ਉਹ ਜ਼ਖਮੀ ਹੋ ਗਿਆ। ਜ਼ਖਮੀ ਹੋਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ, ਜਿੱਥੇ ਡਾਕਟਰਾਂ ਵੱਲੋਂ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਜ਼ਖਮੀ ਵਿਅਕਤੀ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜੀ ਸਰ, ਕੀ ਨਾਂ ਹੈ ਤੁਹਾਡਾ? ਜੀ ਬੁੱਧ ਪ੍ਰਕਾਸ਼। ਕਿੱਥੋਂ ਰਹਿਣ ਵਾਲੇ ਹੋ ਜੀ? ਰਾਮ ਸਿੰਘ ਵਾਲੀ ਪੈਣੀ। ਕੀ ਗੱਲਬਾਤ ਹੋਈ ਸਿਵਲ ਹਸਪਤਾਲ ਪਹੁੰਚੋ ਜੀ? ਜੀ ਮੈਂ ਮੰਮੀ ਦੀ ਦਵਾਈ ਲੈਣ ਆਇਆ ਸੀ ਫਾਜ਼ਿਲਕਾ, ਅਤੇ ਮੈਂ ATM ਵਿੱਚੋਂ ਪੈਸੇ ਕਢਵਾਉਣ ਆਇਆ ਸੀ, ਅਤੇ ਉੱਥੇ 10-12 ਬੰਦੇ ਸੀਗੇ ਜੀ, ਅਤੇ ਉਹਨਾਂ ਨੇ ਆ ਕੇ ਮੇਰੇ ਸੱਟਾਂ ਮਾਰੀਆਂ ਜੀ, ਅਤੇ ਮੇਰੇ ਕੋਲ 14,000 ਰੁਪਏ ਮੈਂ ATM ਵਿੱਚੋਂ ਕਢਵਾਇਆ ਸੀ, ਅਤੇ 15,000 ਰੁਪਏ ਮੇਰੇ ਕੋਲ ਕੈਸ਼ ਸੀਗਾ, ਅਤੇ ਉਹ ਆ ਕੇ ਹਮਲਾ ਕਰਤਾ ਮੇਰੇ ਨਾਲ ਜੀ। ਅਤੇ ਉਹ ਕੋਈ ਬੰਦੇ ਜਾਣ ਪਛਾਣ ਦੇ ਸੀ, ਜਾਣ ਪਛਾਤੇ ਸੀਗੇ ਜੀ? ਹਾਂਜੀ, 4 ਬੰਦੇ ਜਾਣ ਪਛਾਣ ਦੇ ਸੀ ਜੀ। ਇੱਕ ਅਮਨਦੀਪ ਸਿੰਘ ਜੀ, ਇੱਕ ਸੁੱਖਾ ਸਿੰਘ ਜੀ, ਅਤੇ ਇੱਕ ਬਿੰਦੂ ਸਿੰਘ, ਅਤੇ ਇੱਕ ਮਨੀਸ਼ ਸਿੰਘ ਜੀ। ਕਿੱਥੇ ਕਰਕੇ ਵਾਰਦਾਤ ਹੋਈ ਹੈ? ਇਹ HDFC ATM ਜੋਲੀ ਸਾਈਡ ਨਾਲ ਜੀ। ਅਤੇ ਕੋਈ ਪੁਲਿਸ ਕੰਪਲੇਂਟ ਕਰ ਦਿੱਤੀ ਜੀ? ਪੁਲਿਸ ਕੰਪਲੇਂਟ ਅਜੇ ਨਹੀਂ ਕੀਤੀ ਜੀ, ਅਜੇ ਹੋਸਪਿਟਲ ਆਏ। ਡਾਕਟਰ ਸਾਹਿਬ ਤੁਹਾਨੂੰ ਕੀ ਕਿਹਾ ਜੀ? ਡਾਕਟਰ ਸਾਹਿਬ ਨੇ ਰੈਫਰ ਕੀਤਾ ਜੀ ਫਰੀਦਕੋਟ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਪ੍ਰਸ਼ਾਸਨ ਤੋਂ ਇਹ ਮੰਗ ਕਰਨਾ, ਸਾਨੂੰ ਇਨਸਾਫ ਚਾਹੀਦਾ ਜੀ।